ਜਲੰਧਰ ਲੋਕ ਸਭਾ ਜਮਨੀ ਚੋਣ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਵਿਕਾਸ ਦੇ ਲੱਖਾਂ ਵਾਅਦੇ ਕਰ ਰਹੇ ਨੇ ਪਰ ਲਤੀਫਪੁਰਾ ਦੇ ਉਜੜੇ ਸੈਂਕੜੇ ਕਰਾਂ ਦਾ ਮੁੱਦਾ ਇਸ ਪੂਰੀ ਚੋਣ ਦੌਰਾਨ ਠੰਡੇ ਬਸਤੇ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਸ਼ਾਇਦ ਦਿਨ ਰਾਤ ਆਪਣੀ ਪਾਰਟੀ ਦੇ ਪ੍ਰਚਾਰ ਦੇ ਵਿੱਚ ਰੁੱਝੇ ਸਿਆਸਤਦਾਨਾਂ ਦੇ ਕੋਲ ਇੰਨਾ ਵੀ ਵਕਤ ਨਹੀਂ ਹੈ ਕਿ ਨਾ ਹੀ ਕੋਈ ਸਿਆਸੀ ਵਾਅਦਾ ਬਚਿਆ ਤੇ ਨਾ ਹੀ ਕੋਈ ਹਮਦਰਦੀ ਦੇ ਦੋ ਸ਼ਬਦ ਇਨ੍ਹਾਂ ਲੋਕਾਂ ਦੇ ਲਈ ਬਚੇ ਵੇਖੋ ਖਾਸ ਚੋਣਾਂ ਦੇ ਮੱਧ ਨਜ਼ਰ ਲਤੀਫਪੁਰਾ ਤੋਂ ਇੱਕ ਖਾਸ ਰਿਪੋਰਟ ਮਹੀਨਿਆਂ ਤੋਂ ਖੁੱਲੇ ਆਸਮਾਨ ਹੇਠਾਂ ਬੈਠੇ ਲਤੀਫਪੁਰਾ ਦੇ ਇਹ ਪਰਿਵਾਰ ਜਿਨ੍ਹਾਂ ਨੇ ਕੜਾਕੇ ਦੀ ਠੰਡ ਕਈ ਬਰਸਾਤਾਂ ਨੂੰ ਆਪਣੇ ਉੱਤੇ ਹੰਢਾਇਆ ਅਤੇ ਹੁਣ ਚੁੱਲ੍ਹਾ ਦੇਣ ਵਾਲੀ ਗਰਮੀ 'ਚ ਬਿਨਾਂ ਛੱਤ ਦਿਨ ਕੱਟਣ ਲਈ ਮਜਬੂਰ ਹਨ ਜਲੰਧਰ ਲੋਕ ਸਭਾ ਜ਼ਿਮਣੀ ਚੌਂਚ ਦੇ ਰੋਜੇ ਲੀਡਰ ਜਨਤਾ ਨਾਲ ਵਿਕਾਸ ਦੇ ਵਾਅਦੇ ਤਾਂ ਕਰ ਰਹੇ ਹਨ ਪਰ ਇਹਨਾਂ ਬੇਘਰ ਹੋਏ ਲੋਕਾਂ ਦੇ ਲਈ ਸ਼ਾਇਦ ਉਹਨਾਂ ਕੋਲ ਕੋਈ ਝੂਠਾ ਵਾਅਦਾ ਵੀ ਨਹੀਂ ਪੜਹਾ ਇਹਨਾਂ ਉਜੜੇ ਲੋਕਾਂ ਦੇ ਵੋਟ ਜ਼ਰੂਰ ਉਹਨਾਂ ਲਈ ਮਾਇਨੇ ਰੱਖਦੇ ਹਨ ਕਦੀ ਨਾ ਭੁੱਲਣ ਵਾਲਾ 9 ਦਸੰਬਰ ਦਾ ਉਹ ਦਿਨ ਜਦੋਂ ਕੋਰਟ ਦੇ ਹੁਕਮਾਂ ਤੋਂ ਬਾਅਦ ਚਲੇ ਪੀਲੇ ਪੰਜੇ ਨੇ ਇਹਨਾਂ ਹਸਦੇ ਵਸਤੇ ਘਰਾਂ ਨੂੰ ਮਲਬੇ 'ਚ ਤਬਦੀਲ ਕਰ ਦਿੱਤਾ ਜਲੰਧਰ ਦਾ ਲਤੀਫਪੁਰਾ ਇਲਾਕਾ ਕੁਝ ਮਹੀਨੇ ਪਹਿਲਾਂ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਬੇਕਾਰ ਹੋ ਗਏ ਸੀ ਇਹੀ ਕਾਰਨ ਹੈ ਕਿ ਉਹ ਸਰਕਾਰ ਤੇ ਸਵਾਲ ਚੁੱਕ ਰਹੇ ਸੀ ਪਰ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਸੀ ਕਿ ਇਹ ਗੈਰ ਕਾਨੂੰਨੀ ਘਰ ਬਣੇ ਹੋਏ ਸੀ ਇਹੀ ਕਾਰਨ ਹੈ ਕਿ ਉਹ ਇਹਨਾਂ ਨੂੰ ਡਿਮੋਲਿਸ਼ ਕੀਤਾ ਗਿਆ ਪਰ ਇਸ ਵਾਰ ਜਲੰਧਰ ਦੇ ਬਾਈ ਇਲੈਕਸ਼ਨ ਦੇ ਵਿੱਚ ਲਤੀਫਪੁਰਾ ਦਾ ਜਿਹੜਾ ਮਾਮਲਾ ਹੈ ਥੋੜਾ ਠੰਡਾ ਜ਼ਰੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਫਲਾਈਓਵਰ ਦੀ ਗੱਲ ਜ਼ਿਆਦਾ ਹੋ ਰਹੀ ਹੈ ਸੜਕਾਂ ਦੀ ਗੱਲ ਜ਼ਿਆਦਾ ਹੋ ਰਹੀ ਹੈ ਪਰ ਲਤੀਫਪੁਰਾ ਇਲਾਕੇ ਦੇ ਵਿੱਚ ਜੋ ਲੋਕ ਬੇਕਾਰ ਹੋਏ ਸੀ ਉਹਨਾਂ ਬਾਰੇ ਜ਼ਿਆਦਾ ਗੱਲ ਨਹੀਂ ਹੋ ਰਹੀ ਹਾਲਾਂਕਿ ਪੂਰੇ ਜਲੰਧਰ ਦੀ ਗੱਲ ਕੀਤੀ ਜਾਵੇ ਰੋਡ ਸ਼ੋਅ ਰੈਲੀਆਂ ਕੈਂਪੇਨ ਦਾ ਸ਼ੋਰ ਤੁਹਾਨੂੰ ਜ਼ਰੂਰ ਸੁਣ ਜੇਗਾ ਪਰ ਲਤੀਫ ਪੁਰਾ ਇਲਾਕੇ ਦਾ ਇਹ ਸਨਨਾਟਾ ਸਾਫ਼ ਮਹਿਸੂਸ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਲੋਕ ਹਲੇ ਵੀ ਆਪ ਇਥੇ ਜਿਹੜੇ ਨੇ ਘਰਾਂ ਤੋਂ ਬਾਹਰ ਨੇ ਸਾਡੇ ਨਾਲ ਸਾਡੇ ਡਿਸਟ੍ਰਿਕਟ ਰਿਪੋਰਟਰ ਨੇ राघव जैन ਉਹਨਾਂ ਤੋਂ ਜਾਣਦੇ ਹਾਂ ਕਿ ਕੀ ਕਾਰਨ ਹੈ ਕਿ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਜ਼ਿਆਦਾ ਗਰਮਾਇਆ ਹੋਇਆ ਨਹੀਂ ਨਜ਼ਰ ਆ ਰਿਹਾ ਅਸੀਂ ਕਈ ਪੋਲੀਟੀਸ਼ੀਅਨਸ ਦੇ ਨਾਲ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਪਰ ਕੋਈ ਜ਼ਿਆਦਾ ਇਸ ਬਾਰੇ ਚਰਚਾ ਨਹੀਂ ਕਰ ਰਿਹਾ ਇਸ ਦੇ ਪਿੱਛੇ ਕੀ ਕਾਰਨ ਹੈ ਹਾਲਾਂਕਿ ਅਸੀਂ ਦੇਖ ਪਾ ਰਹੇ ਹਾਂ ਹਾਲਾਤ ਟਸਦੇ ਮਸ ਨਹੀਂ ਹੋ ਦੇਖੋ ਪਹਿਲੀ ਗੱਲ ਤਾਂ ਹੈਗੀ ਕਿ ਸਮਾ ਵੀ ਕਹਿੰਦੇ ਕਿ ਫਰਕ ਪਾਉਂਦੇ ਹੈਗਾ ਕਿਉਂਕਿ ਲੰਬਾ ਸਮਾਂ ਹੋ ਚੁੱਕਾ ਹੈ ਇਸ ਮੁੱਦੇ 'ਤੇ ਚੱਲਦੇ 9 ਦਸੰਬਰ ਦਾ ਦਿਨ ਸੀ ਜਦੋਂ ਇਹ ਪੂਰੀ ਕਾਰਵਾਈ ਹੋਈ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਹੁਣ ਮਈ ਮਹੀਨਾ ਚੜ ਚੁੱਕਾ ਹੈ ਤੇ ਕਿਨ ਹਜੇ ਤੱਕ ਇਹ ਲੋਕ ਜਿਹੜੇ ਟੈਂਟ ਵਿੱਚ ਹੀ ਰਹ ਰਹੇ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਖਾਸ ਤੌਰ ਤੇ ਕਈ ਕਾਰਵਾਈ ਵੀ ਕੀਤੀ ਗਈ ਕਿਉਂਕਿ ਕਈ ਇੱਧਰ ਦੇ ਲੋਕ ਵੀ ਸੀ ਜਿਹੜੇ ਕਿ ਇੱਕ ਇੱਥੇ ਇੱਕ ਅੱਛੇ ਖਾਸੇ ਰਹਿਣ ਸੈਨ ਸੀਗਾ ਲੇਕਿਨ ਇੱਥੇ ਕਿਰਾਏ ਦੇ ਉੱਤੇ ਘਰ ਚੜਾਏ ਹੋਏ ਸੀਗੇ ਤੇ ਉਹ ਵੀ ਆ ਕੇ ਪ੍ਰੋਟੈਸਟ 'ਤੇ ਬੈਠਦੇ ਸੀ ਤੇ ਸਰਕਾਰ ਦੇ ਖਿਲਾਫ ਜਿਹੜੇ ਕਿ ਹੈ ਨਾਰੇਬਾਜ਼ੀ ਕਰ ਰਹੇ ਸੀਗੇ ਤੇ ਉਹਦੇ ਵਿੱਚ ਕਈ ਇੱਧਰ ਨਿਕਲੇ ਜਿੰਨਾਂ ਕੋਈ BMW ਕਾਰ ਤੱਕ ਸੀਗੀ ਕਈਆਂ ਕੋ ਸੱਤ ਸੱਤ ਸ਼ੈਲਰ ਸੀਗੇ ਤੇ ਉਹਨਾਂ 'ਤੇ ਜਿਹੜੀ ਕਾਰਵਾਈ ਹੋਈ ਉਸ ਤੋਂ ਬਾਅਦ ਜਿਹੜਾ ਕਿ ਮਾਮਲਾ ਹੋਰ ਜ਼ਿਆਦਾ ਜਿਹੜਾ ਕਿ ਠੰਡਾ ਪਿਆ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਖੁਦ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਇ ਕਿਉਂਕਿ ਵਕ ਵਕ ਵੱਡੇ ਸਿਆਸੀ ਲੀਡਰ ਇੱਥੇ ਪਹੁੰਚੇ ਸੀ ਵਕ ਵਕ ਗੱਲਾਂ ਵੀ ਕੀਤੀਆਂ ਗਈਆਂ ਲੇਕਿਨ ਜਦੋਂ ਆਮ ਆਦਮੀ ਪਾਰਟੀ ਆਈ ਤੇ ਉਹ ਕਹਿੰਦੇ ਕਿ ਸਾਨੂੰ ਇੱਕ ਹੱਲ ਦੱਸੋ ਕਿਸ ਤਰ੍ਹਾਂ ਜਿਹੜਾ ਕਿ ਇਹ ਮਸਲੇ ਨੂੰ ਜਿਹੜਾ ਸਲਝਾਇਆ ਜਾ ਸਕਦਾ ਤੇ ਉਸ ਦੌਰਾਨ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਤੁਹਾਨੂੰ ਦੂਸਰੀ ਥਾਂ ਤੇ ਅਸੀਂ ਘਰ ਤੁਹਾਨੂੰ ਦੇ ਦਾਂਗੇ ਕਿਉਂਕਿ ਇੱਕ ਜਗ੍ਹਾ ਘਰ ਅਲੋਟ ਵੀ ਕੀਤੀ ਗਈ ਸੀ ਲੇਕਿਨ ਇਹਨਾਂ ਦਾ ਕਹਿਣਾ ਸੀ ਕਿ ਜਿਹੜੇ ਉਹ ਘਰ ਸਾਨੂੰ ਪਸੰਦ ਨਹੀਂ ਹੈਗੇ ਅਸੀਂ ਸਾਡਾ ਜਿੱਥੇ ਉਜਾੜਿਆ ਗਿਆ ਸਾਨੂੰ ਉੱਥੇ ਹੀ ਮੁਰਤ ਤੋਂ ਜਿਹੜਾ ਕੀ ਹੈ ਵਸਾਇਆ ਜਾਵੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਅਸੀਂ ਕੁਝ ਘਰ ਇੱਦਾਂ ਦੇ ਵੀ ਜਿਹੜੇ ਪਹੁੰਚੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਉਸ ਸਮੇਂ ਵੀ ਇੰਨਾ ਅਸੀਂ ਦੁੱਖ ਨਹੀਂ ਮਹਿਸੂਸ ਕੀਤਾ ਸੀ ਜਿੰਨਾ ਹੁਣ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੇ ਦਾਅਵੇ ਕਰਦੀ ਵੱਡੇ ਵੱਡੇ ਲੇਕਿਨ ਉਸ ਤੋਂ ਬਾਅਦ ਤੋਂ ਹੀ ਕਹੀ ਤਾਂ ਸਰਕਾਰ ਨੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਇਹ ਲੋਕ ਜਿਹੜੇ ਕੀ ਹੈ ਟਸ ਤੋਂ ਮਸ ਨੇ ਹੁਣ ਗੱਲ ਕਰਾਂ ਤੇ ਪਹਿਲਾਂ ਬਹੁਤ ਸਾਰੇ ਲੋਕ ਇੱਥੇ ਤਾਂ ਨਜ਼ਰ ਆਣੇ ਸੀਗੇ ਲੇਕਿਨ ਹੁਣ ਚੁਣਿੰਦਾ ਲੋਕ ਇੱਥੇ ਰਹਿ ਚੁੱਕੇ ਨੇ ਜਿਹੜੇ ਹਜੇ ਵੀ ਆਪਣੀ ਮੰਗ ਨੂੰ ਲੈ ਕੇ ਅੜੇ ਨੇ ਪਾਕਿਸਤਾਨ ਤੋਂ ਉਝੜ ਕੇ ਆਏ ਸੈਂਕੜੇ ਪਰਿਵਾਰ ਦਹਾਕਿਆ ਮਗਰੋਂ ਇੱਕ ਵਾਰ ਫੇਰ ਉਜੜਨ ਤੋਂ ਬਾਅਦ ਅੱਜ ਮੁੜ ਸੜਕਤੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਵੇਂ ਆਸ਼ਿਆਨੇ ਦੀ ਭਾਲ ਚ ਲਤੀਫਪੁਰਾ ਦਾ ਸੰਕਰਸ਼ ਛੱਟ ਕੇ ਜਾ ਚੁੱਕੇ ਹਨ ਪਰ ਕੁਝ ਪਰਿਵਾਰ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਅੱਜ ਵੀ ਤੰਗ ਹਾਲੀ ਭਰੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਹੋਏ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ ਤਾਨੂੰ ਲੱਗਦਾ ਹੈ ਕਿ ਵੋਟ ਮੰਗਣ ਵਾਸਤੇ ਇੱਥੇ ਵੀ ਉਮੀਦਵਾਰ ਆ ਰਹੇ ਨੇ? ਮੇਰੀ ਹਾਂਜੀ ਉਮੀਦਵਾਰ ਤੇ ਆ ਹੀ ਰਹੇ ਆ। ਤੁਹਾਨੂੰ ਪਤਾ ਵੋਟਾਂ ਦਾ ਜੋਰ ਆ ਤੇ ਹਰ ਇੱਕ ਨੂੰ ਆਸ ਹੁੰਦੀ ਆ ਕਿ ਕਿਤੇ ਨਾ ਕਿਤੇ ਇੱਕ ਇੱਕ ਵੋਟ ਦੀ ਜਿਹੜੀ ਆ ਲੋੜ ਹੁੰਦੀ ਉਹਨਾਂ ਤੇ ਮੰਗਣਾ ਆਉਣਾ ਹੀ ਆ। ਉਹ ਤੇ ਸਾਡੀ ਮਰਜ਼ੀ ਆ ਵੀ ਕਿੰਨੂੰ ਪਾਉਣੀ ਆ ਜਾਂ ਨਹੀਂ ਪਾਉਣੀ। ਉਹ ਤੇ ਅਸੀਂ ਲਤੀਫਪੁਰਾ ਸਾਰਾ ਬੈਠ ਕੇ ਸਲਾਹ ਕਰਾਂਗੇ ਕਿ ਵੋਟ ਪਾਉਣੀ ਆ, ਕਿਸ ਨੂੰ ਪਾਉਣੀ ਆ, ਕਿੱਦਾਂ ਪਾਉਣੀ ਆ ਜਾਂ ਨਹੀਂ ਪਾਉਣੀ। ਤੇ ਜਿਹੜਾ ਸਾਡਾ ਹੱਲ ਕਰੇਗਾ ਪਹਿਲੀ ਗੱਲ ਤੇ ਇਹ ਆ ਲਤੀਪੁਰੇ ਦਾ ਹੱਲ ਜੋ ਕਰੇਗਾ ਜੋ ਸਾਡੀਆਂ ਨੀਆਂ ਰਖਾਏਗਾ ਅਸੀਂ ਵੋਟ ਉਹਨੂੰ ਦਵਾਂਗੇ ਤੁਸੀਂ ਫਿਰ ਅਨੇ ਮਹੀਨਿਆਂ ਤੋਂ ਇਸੇ ਤਰ੍ਹਾਂ ਖਾਣਾ ਤਿਆਰ ਕਰਦੇ ਹੋ ਬਾਕੀ ਪ੍ਰਬੰਧ ਜਿਹੜੇ ਨੇ ਹੈ ਕਿਉਂਕਿ ਮੈਂ ਦੇਖ ਰਹੀ ਸੀ ਟੈਂਟ ਦੇ ਵਿੱਚ ਹੀ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਬੈਠੇ ਨੇ ਹਾਂਜੀ ਹਾਂਜੀ ਬੱਚੇ ਤਾਂ ਫਿਰ ਮਾਵਾਂ ਦੇ ਨਾਲ ਹੀ ਬੱਚੇ ਤਾਂ ਰਹਿਣੇ ਹੀ ਰਹਿਣੇ ਆ ਤੇ ਬੱਚੇ ਸਾਡੇ ਟੈਂਟਾਂ ਵਿੱਚ ਰਹਿ ਰਹੇ ਆ ਆਪਣਾ ਜੀਨ ਗੁਜ਼ਾਰਾ ਕਰ ਰਹੇ ਆ ਤੇ ਕਦੀ ਉਹਨਾਂ ਨੂੰ ਨਹੀਂ ਕੋਈ ਚੀਜ਼ ਪਸੰਦ ਆਉਂਦੀ ਜਿਵੇਂ ਸਬਜੀ ਆ ਜਿਵੇਂ ਬੱਚੇ ਨੇ ਪਰੌਂਠੀ ਖਾਣੀ ਆ ਕਈ ਕੁਛ ਬੱਚੇ ਦੀਆਂ ਡਿਮਾਂਡਾਂ ਆ ਤੇ ਫਿਰ ਵੀ ਉਹਨਾਂ ਨੂੰ ਬੱਚਿਆਂ ਨੂੰ ਸਮਝਾਈਦਾ ਕਿ ਸਾਡਾ ਵਕਤ ਆ ਤੇ ਇਹ ਵਕਤ ਜਿਹੜਾ ਕੱਟਿਆ ਜਾਊਗਾ ਕਿ ਤੁਹਾਨੂੰ ਉਹ ਚੀਜ਼ਾਂ ਜੇ ਮਿਲਣਗੀਆਂ ਤੇ ਬੱਚਿਆਂ ਨੂੰ ਵੇਖ ਕੇ ਕਈ ਵਾਰ ਰੋਣ ਵੀ ਆਉਂਦਾ ਕਿ ਜਦੋਂ ਅਸੀਂ ਇਹ ਪੂਰੀਆਂ ਨਹੀਂ ਕਰ ਪਾਉਂਦੇ ਪਰ ਸਰਕਾਰ ਤੁਹਾਨੂੰ ਕਿਸੇ ਹੋਰ ਧਰਾਂ ਤੇ ਵੀ ਕਰ ਦੇਣ ਨੂੰ ਤਿਆਰ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜ਼ਿੰਦਗੀ ਜੀਣ ਨਾਲੋ ਚੰਗਾ ਹੈ ਜਿਹੜਾ ਠਿਕਾਣਾ ਜਿਹੜੀ ਜਿੱਥੇ ਸਰਕਾਰ ਪਨਾ ਦੇਣ ਲਈ ਤਿਆਰ ਹੈ ਤਾਂ ਤੁਸੀਂ ਉੱਥੇ ਰਹਿ ਸਕੋ ਨਹੀਂ ਜੀ ਉਹਨਾਂ ਨੇ ਬੀਬੀ ਭਾਨੀ ਵਾਲੇ ਫਲੈਟ ਕਿਹਾ ਸੀ ਵੀ ਤੁਹਾਨੂੰ ਦੇ ਦਾਂਗੇ ਅਸੀਂ ਕਿਹਾ ਨਹੀਂ ਲੈਣੇ ਫਿਰ ਇਹਨਾਂ ਨੇ ਸਾਨੂੰ ਸੂਰੀਨ ਕਲੇਬ ਕਿਹਾ ਸੀ ਕਿ ਤੁਹਾਨੂੰ ਪਲਾਟ ਦੇ ਦਾਂਗੇ ਅਸੀਂ ਕਿਹਾ ਸੀ ਨਹੀਂ ਲੈਣੇ ਇਹਨਾਂ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਸੀ ਸਾਡੇ ਘਰਨ ਤੋੜਨ ਤੋਂ ਸਾਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਬੈਠੇ ਸੀ ਉਸ ਟਾਈਮ ਸਾਡੀ ਰੀਜਸਟਮੈਂਟ ਕਰਦੇ ਉਸ ਟਾਈਮ ਸਾਡੇ ਨਾਲ ਗੱਲ ਕਰਦੇ ਘਾਟ ਔਰ ਤੋੜ ਕੇ ਸੜਕਾਂ ਤੇ ਬਿਠਾ ਕੇ ਤੇ ਫਿਰ ਕਹਿੰਦੇ ਆ ਕਿ ਤੁਸੀਂ ਫਲੈਟ ਲੈ ਲਓ ਤੇ ਤੁਸੀਂ ਪਲਾਟ ਲੈ ਲਓ ਅਸੀਂ ਕਿਹਾ ਨਹੀਂ ਫਲੈਟ ਲੈਣੇ ਨਾ ਅਸੀਂ ਪਲਾਟ ਲੈਣੇ ਆ ਅਸੀਂ ਇੱਥੇ ਹੀ ਆਪਣੇ ਘਰ ਬਣਾਉਣੇ ਆ ਚਾਹ ਜਦੋਂ ਵੀ ਸਾਨੂੰ ਮੌਕਾ ਮਿਲੇ ਅਸੀਂ ਇੱਥੇ ਹੀ ਬਣਾਵਾਂਗੇ ਜਿੱਦਾਂ ਸਰਕਾਰ ਨੇ ਤੋੜੇ ਉਸੇ ਤਰ੍ਹਾਂ ਹੀ ਇਹਨਾਂ ਤੋਂ ਬਣਵਾਵਾਂਗੇ ਜੋ ਆਰਥਰ ਲਈ ਹੋਰ ਡਿਫਿਕਲਟ ਜਿਹੜਾ ਹੈ ਉਹ ਹੋ ਜਾਂਦਾ ਹੈ ਚਾਹੇ ਘਰ ਚਲਾਣਾ ਹੋਵੇ ਜਾਂ ਫਿਰ ਅਸੀਂ ਸੁਵਿਧਾਵਾਂ ਵੀ ਦੇਖ ਰਹੇ ਸੀ ਇੱਥੇ ਕਿ ਨਾ ਤਾਂ ਇੱਥੇ ਕਿਤੇ ਵਾਸ਼ਰੂਮ ਨਜ਼ਰ ਆਇਆ ਤੁਸੀਂ ਇੱਥੇ ਕਿਉਂਕਿ ਨਾ ਇੱਥੇ ਟਾਇਲਟ ਹੈ ਕੋਈ ਬਾਥਰੂਮ ਹੈ ਫਿਰ ਕਿਵੇਂ ਜਾ ਰਹੇ ਹਾਂ ਕਿਵੇਂ ਤੁਸੀਂ ਇੱਥੇ ਅਰੇਂਜਮੈਂਟ ਕਿਵੇਂ ਕੀਤੇ ਹੋਏ ਨੇ ਇਦਾਂ ਹੀ ਆ ਮੁਸ਼ਕਲਾਂ ਹੀ ਆ ਤੁਹਾਨੂੰ ਪਤਾ ਹੀ ਆ ਸਾਹਮਣੇ ਦੇਖ ਹੀ ਰਹੇ ਹੋ ਕੀ ਕਰ ਸਕ ਕੀ ਕਰ ਸਕਦੇ ਹਾਂ ਆਫ ਸਾਈਡ ਨੇ ਅੱਜ ਹੀ ਤੌਰ ਤੇ ਦਿੱਤੀਆਂ ਫਲਸ਼ ਉਹਨਾਂ ਨੇ ਦਿੱਤੀਆਂ ਹੋਈਆਂ ਪ੍ਰੋਵਾਈਡ ਕੀਤੀਆਂ ਆ ਹਾਂ ਜੀ ਤੁਸੀਂ ਇੱਥੇ ਜਦੋਂ ਕੋਈ ਉਮੀਦਵਾਰ ਵੋਟ ਮੰਗਣ ਆਉਂਦੇ ਤਾਂ ਕੀ ਗੱਲ ਕਰਦੇ ਹੋ ਫਿਰ ਉਹਨਾਂ ਦੇ ਨਾਲ ਆਪਣੀ ਮੰਗ ਰੱਖਿਆ ਤੁਹਾਨੂੰ ਕੋਈ ਜਿਹੜਾ ਸਾਡੀ ਸੋਚੇਗਾ ਉਹ ਅਸੀਂ ਤੁਹਾਨੂੰ ਪਾਵਾਂਗੇ ਨਿੱਕੇ ਨਿੱਕੇ ਬੱਚਿਆਂ ਨਾਲ ਤੰਬੂਆਂ 'ਚ ਦਿਨ ਕੱਟ ਰਹੇ ਇਨ੍ਹਾਂ ਪਰਿਵਾਰਾਂ ਨੂੰ ਵਿਰਾਨ ਹੋਈ ਜ਼ਿੰਦਗੀ 'ਚ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਤੋਂ ਇਹਨਾਂ ਨੂੰ ਕੋਈ ਆਸ ਹੈ ਲਤੀਫੁਰਜ ਹੀ ਮੋੜ ਆਪਣੀ ਛੱਤ ਬਣਾਉਣ ਦੀ ਜ਼ਿੱਦ ਅਤੇ ਉਸ ਜ਼ਿੱਦ 'ਚ ਚੱਲ ਰਿਹਾ ਇਹ ਸੰਘਰਸ਼ ਫਿਲਹਾਲ ਰਾਜਨੀਤਿਕ ਪਾਰਟੀਆਂ ਲਈ ਠੰਡੇ ਬਸਤੇ 'ਚ ਜਾ ਚੁੱਕਿਆ ਹੈ ਕਾਂਗਰਸ ਪਾਰਟੀ ਵੱਲੇ ਵੀ ਜਿਹੜੀ ਕਾਰਵਾਈ ਕੀਤੀ ਗਈ ਸੀ ਅਕਾਲੀ ਦਲ ਵੱਲੇ ਵੀ ਲੇਕਿਨ ਅਕਾਲੀ ਦਲ ਵੱਲੇ ਜਿਹੜੇ ਬੁਲਡੋਜ਼ਰ ਰੁੱਕ ਗਏ ਸੀਗੇ ਤੇ ਕਾਂਗਰਸ ਵੱਲੇ ਕੁਝ ਘਰ ਜਿਹੜੇ ਕਿ ਗੁਰਾਏ ਗਏ ਸੀ ਲੇਕਿਨ ਉਸ ਵੇਲੇ ਇਹਨਾਂ ਨੇ ਸਟੇ ਲੈ ਲਿਆ ਸੀਗਾ ਲੇਕਿਨ ਇਸ ਵਾਰੀ ਜਦੋਂ ਸਰਕਾਰ ਨੇ ਸਾਫ਼ ਤੌਰ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਐਕਸ਼ਨ ਰਿਪੋਰਟ ਚਾਹੀਦੀ ਕਾਰਵਾਈ ਦੀ ਨਿਕਲ ਹੀ ਹੋਈ ਸੀ ਐਕਸ਼ਨ ਰਿਪੋਰਟ ਦੀ ਗੱਲ ਹੋਈ ਸੀ ਕਿ ਪੁਲਿਸ ਨੂੰ ਜਿਹੜੀ ਕੀ ਹੈ ਐਕਸ਼ਨ ਰਿਪੋਰਟ ਜਿਹੜੀ ਕਿ ਧਾਰ ਕਰਨੀ ਪੈਣੀ ਕਿਉਂਕਿ ਇਸ ਤੋਂ ਬਾਅਦ ਵੀ ਪੁਲਿਸ ਤੇ ਜਿਹੜਾ ਕਿ આરોਪ ਲੱਗੇ ਸੀ ਕਿ ਮਲਵਾ ਜਿਹੜਾ ਕਿ ਹਜੇ ਤੱਕ ਨਹੀਂ ਚੁਕਵਾਇਆ ਹੈਗਾ ਤੇ ਕੋਰਟ ਨੇ ਉਸ ਤੇ ਵੀ ਇਤਰਾਜ਼ਤ ਆਇਆ ਸੀ ਇਸ ਤੋਂ ਹਿਸਾਬ ਲਗਾ ਸਕਦੇ ਹੋ ਕਿ ਪੁਲਿਸ ਵੱਲੋਂ ਨੂੰ ਕੋਰਟ ਵੱਲੋਂ ਕਿੰਨੇ ਸਖਤ ਆਰਡਰ ਹੋ ਸਕਦੇ ਆ ਦੂਜੇ ਪਾਸੇ ਜਦੋਂ ਸਰਕਾਰ ਤੇ ਸਵਾਲ ਖੜੇ ਹੋਏ ਤੇ ਸਰਕਾਰ ਨੇ ਇੱਕ ਹੱਲ ਕਢਣਾ ਚਾਹਿਆ ਸਰਕਾਰ ਚਾਹੁੰਦੀ ਸੀ ਕਿ ਅਸੀਂ ਜਿਹੜੇ ਕਿ ਹੈ ਦੂਜੀ ਥਾਤ ਜਿਹੜੇ ਘਰ ਦੇ ਇਹ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਕਿ ਕੋਈ ਗਲਬਾਲ ਦਾ ਕੋਈ ਸਿੱਟਾ ਨਿਕਲੇ ਲੇਕਿਨ ਗਲਬਾਲ ਦਾ ਸਿੱਟਾ ਨਹੀਂ ਨਿਕਲੇ ਕਿਉਂਕਿ ਇਹਨਾਂ ਦੀ ਮੰਗ ਸੀ ਕਿ ਜਿੱਥੇ ਘਰ ਉਜਾੜੇ ਗਏ ਨੇ ਉੱਥੇ ਹੀ ਘਰ ਜਿਹੜੇ ਦੁਬਾਰਾ ਬਸਾ ਕੇ ਦਿੱਤੇ ਜਾਵੇ ਤੇ ਤੁਹਾਨੂੰ ਦੱਸਦਾ ਕਿ ਕਈ ਵਾਰੀ ਪ੍ਰੋਟੈਸਟ ਵੀ ਕੀਤੇ ਗਏ ਹਾਈਵੇ ਵੀ ਜਮ ਕੀਤੇ ਗਏ ਤੇ ਕਈ ਕਈ ਤਾਂ ਇੱਥੇ ਬਾਹਰ ਹੀ ਮੌਨ ਵਰਤ ਕਈਏ ਜਾਂ ਫਿਰ ਭੁਖੜ ਹੜਤਾਲ ਵੀ ਦੋ ਦੋ ਲੋਕ ਜਿਹੜਾ ਕਿ ਰੋਜ਼ ਕਰਦੇ ਤੁਸੀਂ ਬਾਹਰ ਦੇਖੋਗੇ ਨਾ ਤੇ ਰੋਜ਼ ਦਾ ਜਿਹੜਾ ਕਿ ਇੱਥੇ ਚੱਲਦਾ ਹੈਗਾ ਤੇ ਹਜੇ ਤੱਕ ਕਿਉਂਕਿ ਕਿਸਾਨ ਭਾਈਚਾਰਾ ਪਹਿਲੇ ਦਿਨ ਤੋਂ ਨਾਲ ਖੜਾ ਵੈ ਤੇ ਡਟ ਕੇ ਜਿਹੜਾ ਕਿ ਇਹਨਾਂ ਨਾਲ ਖੜਾ ਸੀ ਤੇ ਅੱਜ ਵੀ ਖੜਾ ਵੈ ਫਿਲਹਾਲ ਹਲਦਾ ਹੀ ਹੈ ਕਿਉਂਕਿ ਜਾਂ ਤਾਂ ਸਰਕਾਰ ਮੰਨੂਗੀ ਕਿਉਂਕਿ ਇਹ ਲੋਕ ਤਾਂ ਕਹਿੰਨਾ ਕਿ ਜਿੱਥੇ ਉਜਾੜਿਆ ਗਿਆ ਸਾਨੂੰ ਉੱਥੇ ਵਸਾ ਕੇ ਦੇਖ ਤੇ ਲਤੀਫਪੁਰਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਵੇ ਸੀਗੀਆਂ ਜਦੋਂ ਇਹ ਸਾਰਾ ਇਲਾਕਾ ਜਿਹੜਾ ਹੈ ਉਸ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਸੀਗਾ ਉਦੋਂ ਬਹੁਤ ਸਾਰੇ ਲੋਕ ਸੀਗੇ ਪਰ ਰਾਘਵ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਅਜੇ ਵੀ ਲੋਕ ਸੀਗੇ ਜਿਨ੍ਹਾਂ ਕੋਲ ਆਪਦੇ ਘਰ ਵੀ ਸੀਗੇ ਗੱਡੀਆਂ ਵੀ ਸੀਗੀਆਂ ਪਰ ਉਹਨਾਂ ਰੈਂਟ ਤੇ ਦਿੱਤੇ ਹੋਏ ਸੀ ਘਰ ਇਹ ਹੀ ਕਾਰਨ ਹੈ ਕਿ ਗਿਣਤੀ ਜਿਹੜੀ ਹੈ ਪ੍ਰੋਟੈਸਟ ਕਰਨ ਵਾਲਿਆਂ ਦੀ ਉਹ ਘਟਦੀ ਜਾ ਰਹੀ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਇਸ ਵਾਰ ਜਲੰਧਰ ਇਲੈਕਸ਼ਨਸ ਦੇ ਵਿੱਚ ਲਤੀਫਪੁਰਾ ਦਾ ਜਿਹੜਾ ਮਾਮਲਾ ਹੈ ਜਾਂ ਫਿਰ ਇਹ ਮੁੱਦਾ ਹੈ ਉਹ ਕਿਤੇ ਨਾ ਕਿਤੇ ਠੰਡਾ ਜ਼ਰੂਰ ਨਜ਼ਰ ਆ ਰਿਹਾ ਹੈ ਕੈਮਰਾਮੈਨ ਸਚਿਨ ਦੇ ਨਾਲ ਨਿਤਿਕਾ ਮਹੇਸ਼ਵਰੀ ਟੈਲੀਪੋਸਟ